हेलो स्वीटी, सुन 13 तारीख नू ना लेट ना करियो और मेहंदी वाली नू नाल लेके आई। ओके चल बाय। हेलो मैडम, तुसे की कर रहे हो वैसे है? मैं अपने ब्याह की तैयारी कर रही हूँ। नहीं, ब्याह दी तैयारियां तो चलो चंगी गल कर रहे हो, पर तुसी हैगे कित्थे हो, तुहानू कुछ पता है? मैं सोफे च। नहीं सोफे तो हैगे हो, पर तुहानू सोफा पता केड़ा हैगा या केदा सोफा या? ये मतलब माड़ा जिहा झाती बाहर भी मारो, ब्याह दीआं पसूड़ियां तो बाहर आके देखो। मैं कित्थे आ गई ते तुसी कौन हो? मैं जी, मैं शौंकन हाँ। ये जिहड़ा तुसी देख रहे हो ना, ये शौंकन का सुपना आ। ਉਹ ਤਾਂ ਮੈਂ ਤੁਹਾਡੇ ਸੁਪਨੇ 'ਚ। ਹਾਂਜੀ ਤੁਸੀਂ ਮੇਰੇ ਸੁਪਨੇ 'ਚ ਆਏ ਹੋ। ਓ ਤੁਹਾਨੂੰ ਵਿਆਹ ਦਾ ਇੰਨਾ ਚਾਅ ਚੜਿਆ ਹੋਇਆ ਕਿ ਤੁਹਾਨੂੰ ਕੁਛ ਪਤਾ ਨਹੀਂ ਲੱਗ ਰਿਹਾ? ਨਹੀਂ ਮੈਨੂੰ ਕੁਛ ਪਤਾ ਨਹੀਂ ਲੱਗ ਰਿਹਾ, ਮੈਨੂੰ ਬਸ ਮੇਰਾ ਵਿਆਹ ਦਿਖਾਈ ਦੇ ਰਿਹਾ ਔਰ ਮੇਰਾ ਤੁਲਾ ਤੇ ਮੇਰਾ ਮੰਡਪ। ਅੱਛਾ ਉਹ ਤਾਂ ਸਭ ਠੀਕ ਆ। ਅੱਛਾ ਤੂੰ ਮਾਨਾ ਮੇਰੀ ਸ਼ਾਦੀ ਮੈਂ ਮੇਰੇ ਵਿਆਹ 'ਚ। ਮੈਂ ਤਾਂ ਆਊਂਗੀ ਵਿਆਹ ਦੇ ਵਿੱਚ ਤੁਹਾਡੇ, ਪਰ ਹੁਣ ਤੁਸੀਂ ਨਾ ਸ਼ੌਂਕਣ ਦੇ ਸੁਪਨੇ 'ਚ ਆਇਓ, ਥੋੜ੍ਹਾ ਜਿਹਾ ਵਿਆਹ ਤੋਂ ਬਾਹਰ ਆ ਜਾਓ। ਓ ਹੈ ਨਾ, ਮੈਂ ਐਕਚੁਅਲੀ ਇਤਨੀ ਐਕਸਾਈਟਡ ਚੱਲ ਰਹੀ ਹਾਂ ਕਿ ਮੈਨੂੰ ਪਤਾ ਹੀ ਨਹੀਂ ਚੱਲ ਰਿਹਾ। ਤੇ ਸੋਹਣਾ ਲੱਗ ਰਿਹਾ ਹੈ, ਤੁਸੀਂ ਲੈ ਲਓ। ਓਕੇ ਥੈਂਕ ਯੂ। बिल्कुल टेंट लवा दो, बिल्कुल टेंट लवा दो, घोड़ी का इंतजाम करो। हाँ घोड़ी, घोड़ी खच्चर नहीं चलनी यार, घोड़ी का इंतजाम करो। यार ब्लैक घोड़ी का मैं करना, मैं डाके मार जाना, व्हाइट घोड़ी का इंतजाम करो। मेरा ब्याह है यार, मेरा ब्याह होने लगे। मेरा दूल्हा। ओ मेरी दुल्हन, एक मिनट बंद कर यार, बंद कर इनू। बीनू जी तां करदा मेरा फोन नु भगा के मारा, पर की करा, कीमती है नेड़ी रखना पैना। ओ मेरी दुल्हन, हाय हाय हाय, कैसी हो बीनू जी? बढ़िया। हां जी मैं भी बैठी हां। ए मतलब ए किधर असी एदे सपने च? ਤੁਸੀਂ ਕੀ ਕਰ ਰਹੇ ਹੋ? ਮੈਂ ਤਾਂ ਬਸ ਮਸਾ ਹੀ ਉਹਨਾਂ ਨੂੰ ਵਿਆਹ ਦੀਆਂ ਪਸੂੜੀਆਂ ਚੋਂ ਕੱਢਿਆ, ਤੁਸੀਂ ਇੱਧਰ, ਤੁਸੀਂ ਵੀ ਪਸੂੜੀਆਂ ਚ ਪਏ। ਨਹੀਂ ਮੈਨੂੰ ਤਾਂ ਐ ਲੱਗ ਰਿਹਾ ਜਿਵੇਂ ਮੈਂ ਹੈਵਨ ਦੇ ਵਿੱਚ ਉਹਨਾਂ ਬਹੁਤ ਵਧੀਆ ਲੱਗ ਰਿਹਾ। ਨਹੀਂ ਇੱਧਰ ਵੀ ਦੇਖੋ, ਤੁਹਾਨੂੰ ਪਤਾ ਤੁਸੀਂ ਕਿੱਥੇ ਬੈਠੇ ਹੋ? ਮੈਂ ਸੋਫੇ ਤੇ ਬੈਠਾ ਤੇ ਇਹ ਸੋਫਾ ਮੇਰਾ ਆ, ਸ਼ੌਂਕਨ ਦਾ ਆ। ਕਿੰਨੇ ਦਾ ਦੇਣਾ? ਸਾਡੀਆਂ ਚੀਜ਼ਾਂ ਵਕਾਊ ਨਹੀਂ ਹੈਗੀਆਂ। ਅੱਛਾ ਹਾਂ, ਲੈ ਵੀ ਇਹ ਵੀ ਰਿਹਾ, ਆ ਸੋਫਾ ਅੱਜ ਮੈਂ ਨਾਲ ਲੈ ਕੇ ਇਦਾਂ ਕਿਦਾਂ ਲੈ ਜੂਗੇ ਤੁਸੀਂ ਸ਼ੌਂਕਨ ਦਾ ਸੋਫਾ? ਇੱਕ ਤੁਸੀਂ ਸ਼ੌਂਕਨ ਦੇ ਸੁਪਨੇ 'ਚ ਆਏ, ਉਹਨਾਂ ਨੂੰ ਮਸਾ ਵਿਆਹ ਦੀਆਂ ਪਸੂੜੀਆਂ 'ਚੋਂ ਕੱਢਿਆ, ਤੁਹਾਨੂੰ ਮਸਾ ਕੱਢਿਆ, ਕਦੀ ਕਾਲੀ ਘੋੜੀ ਚਿੱਟੀ ਘੋੜੀ, ਕਦੀ ਤੁਹਾਡੀ ਦੁਲਹਨ, ਕਦੀ ਤੁਹਾਡਾ ਦੁਲਹਾ। ਮਤਲਬ ਤੁਹਾਡੀਆਂ ਚੀਜ਼ਾਂ ਨਹੀਂ ਲੈ ਕੇ ਜਾ ਸਕਦਾ? ਨਹੀਂ ਲੈ ਕੇ ਜਾ ਸਕਦਾ, ਤੁਹਾਨੂੰ ਤਾਂ ਲੈ ਕੇ ਜਾ ਸਕਦੇ ਹਾਂ। ਉਹ ਨਹੀਂ, ਆਪਣੇ ਵਿਆਹ 'ਚ ਨੱਚਣ ਲਈ ਕੋਈ ਚਾਹੀਦਾ ਵੀ ਆਲੇ ਦੁਆਲੇ? ਸਮਝਦਾ ਹੁੰਦਾ, ਸਮਝਦਾ ਹੁੰਦਾ। ਹਾਂ ਹਾਂਜੀ, ਹੁਣ ਤੁਸੀਂ ਨਾ ਸ਼ੌਂਕਨ ਦੇ ਸੁਪਨੇ 'ਚ ਆ ਗਏ ਹੋ, ਵਿਆਹ ਦੀਆਂ ਦੁਨੀਆ 'ਚੋਂ ਆ ਜਾਓ ਮਾੜਾ ਜਿਹਾ ਬਾਹਰ। ਪਰ ਤੁਹਾਨੂੰ ਸੌਣ ਲੱਗੇ ਜੇ ਸੁਪਰਾ, ਹੁਣ ਤੋੜ ਆਉਂਦਾ, ਚੱਲਣ ਦੋ ਹੁਣ। ਸੋ ਤੁਹਾਨੂੰ ਵਧਾਈਆਂ ਜੀ, ਵਧਾਈਆਂ ਸ਼ੌਂਕਨ ਦੇ ਸੁਪਨੇ ਦੇ ਵਿੱਚ ਆਉਣ ਲਈ। ਸੋ ਫਾਈਨਲੀ ਅੱਜ ਮੇਰੇ ਸੁਪਨੇ 'ਚ ਆਈ ਨੇ ਜੀ ਬੀਨੂ ਢਿੱਲੋਂ ਜੀ ਤੇ ਕਵਿਤਾ ਕੌਸ਼ਿਕ ਜੀ। ਥੈਂਕ ਯੂ ਸੋ ਮਚ ਜੀ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ। ਪਹਿਲੀ ਮੂਵੀ ਵੀ ਤੁਹਾਡੇ ਕੋਲ ਅਸੀਂ ਪ੍ਰਮੋਟ ਕਰਨ ਆਏ ਸੀਗੇ ਔਰ ਬਹੁਤ ਵਧੀਆ ਚੱਲੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਸ਼ੌਂਕਨ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਇਹ ਉਸ ਤੋਂ ਵੀ ਜ਼ਿਆਦਾ ਚੱਲਦੀ ਹੈ। ਥੈਂਕ ਯੂ ਸੋ ਮਚ, ਥੈਂਕ ਯੂ, ਨੀਡ ਯੂਰ ਬਲੇਸਿੰਗ, ਨੀਡ ਯੂਰ ਗੁੱਡ ਵਿਸ਼ਸ। ਹਾਂਜੀ, ਇਹਦਾ ਰੇਜ਼ੀ ਹੋਣੀ ਤਰੀਫ ਮੇਰੀ ਵੀ ਕਰ ਦੋ ਮਾੜੀ ਜੀ। ਨਹੀਂ ਤੁਹਾਨੂੰ ਤਾਂ ਬਹੁਤ ਵਧੀਆ ਕਰਦੇ ਹੋ, ਮੈਂ ਤਾਂ ਆਪਦੇ ਨੇ ਦੋ ਕੁਝ ਸ਼ਬਦ ਇੰਗਲਿਸ਼ ਦੇ ਸਿੱਟੇ ਸੀ, ਮੈਂ ਕਿਹਾ ਉਹ ਤੁਸੀਂ ਤਰੀਫ ਕਰੋਗੇ, ਕੀ ਬਾਤ ਹੈ, ਇਹ ਤਾਂ ਫਰਾਟੇਦਾਰ ਇੰਗਲਿਸ਼ ਬੋਲਦਾ। ਸਹੀ, ਚਲੋ ਅੱਗੇ ਨੋਟ ਕਰ ਲੂੰਗੀ ਹੋਰ ਮੈਂ। ਕਾਪੀ ਪੈਨ ਹੈ? ਆ ਦੇਖੋ। ਵੈਰੀ ਗੁੱਡ। ਅੱਛਾ ਮੈਨੂੰ ਦੱਸੋ ਤੁਸੀਂ ਕੀ ਪਸੂੜੀ ਪਾਈ ਹੋਈ ਆ ਵਿਆਹ ਵਿੱਚ? ਕਦੀ ਤੁਸੀਂ ਪੂੜੀਆਂ ਦਿੰਦੇ ਹੋ ਤਾਂ ਕਦੀ ਵਾਪਸ ਲੈਂਦੇ ਹੋ, ਚੱਲ ਕੀ ਰਿਹਾ ਇਹ? ਇਹ ਜਿਹੜੇ ਕੁੜੀ ਹੈਗੀ ਹੈ, ਇਹ ਮੈਂ ਪਟਾ ਲਈ ਸੀ ਫਿਲਮ ਦੇ ਵਿੱਚ। ਹਾਂਜੀ, ਪਰ ਇਹ ਵਿਆਹ ਤਾਂ ਨਹੀਂ ਹੁੰਦਾ, ਇਹਦੇ ਡੈਡੀ ਨਹੀਂ ਪਟਨੇ। ਡੈਡੀ ਨਹੀਂ ਪਟਨੇ? ਇੰਨੀ ਸੋਹਣੀ ਕੁੜੀ ਪਟਾ ਕਿੱਦਾਂ ਲਈ ਤੁਸੀਂ ਫਿਰ? ਨਹੀਂ ਨਹੀਂ ਜੀ, ਬਹੁਤ ਵਧੀਆ ਸਕ੍ਰਿਪਟ ਹੈ। ਸਕ੍ਰਿਪਟ ਦੇ ਵਿੱਚ ਕਵਿਤਾ ਕੌਸ਼ਿਕ ਜੀ ਮੇਰੇ ਨਾਲ ਹੈਗੇ ਨੇ, ਐਂਡ ਇਹਨਾਂ ਦੇ ਫਾਦਰ ਸਾਹਿਬ ਸਾਡੇ ਵਿਆਹ ਵਾਸਤੇ ਨਹੀਂ ਮੰਨਦੇ। ਸਾਰੀ ਸਟੋਰੀ ਮੈਂ ਬਿਲਕੁਲ ਨਹੀਂ ਸੁਣਾਉਣੀ, ਉਹ ਸਿਲਸਿਲੇ ਨੂੰ ਲੈ ਕੇ ਥੋੜ੍ਹਾ ਜਿਹਾ ਸਾਡਾ ਰੌਲਾ ਚੱਲ ਰਿਹਾ। ਮੈਨੂੰ ਵੀ ਨਹੀਂ ਸੁਣਾਉਂਗੀ ਆਪਣੀ, ਤਾਂ ਹੋਰ ਹੀ ਗੱਲ ਹੈ ਨਾ। ਹੋਰ ਸੁਣਾਓ। ਸੌਰੀ ਮਜ਼ਾਕ ਕਰ ਰਹੀ ਹੂੰ, ਆਪਕਾ ਸੁਪਨਾ ਇਤਨਾ ਸੁੰਦਰ ਹੈ ਕਿ ਅਸੀਂ ਤੁਹਾਨੂੰ ਵੀ ਲੈ ਕੇ ਜਾਏਂਗੇ ਆਪਣੇ ਵਿਆਹ 'ਚ। ਕੈਰੀ ਆਨ, ਕੈਰੀ ਆਨ। ਅੱਛਾ ਨਾ ਇੱਕ ਮਿੰਟ, ਆਪ ਬੁਝਾਰ ਤੇ ਬੁਝ ਲੈਤੇ ਥੇ ਬਚਪਨ ਮੇਂ? ਬਹੁਤ ਬੁਝੜ ਹੈ।
ਮੈਂ ਸਭ ਬੁਝ ਲੈਂਦੀ ਆ। ਹਾਂ ਬਿਲਕੁਲ ਬੁਝ ਲੈਤੇ ਤੇ ਆ। ਤੁਸੀਂ ਇਸ਼ਾਰਾ ਕਿ ਤੁਸੀਂ ਕਹਾਵਤ ਪਾਉਣੀ ਹੈ। ਇਹਨਾਂ ਨੇ ਇਸ਼ਾਰਾ ਕਰ ਦੇਣਾ ਵੀ ਇਹ ਇਹਦਾ ਮਤਲਬ ਇਹ ਹੈ ਔਰ ਤੁਸੀਂ ਸਮਝ ਲੈਣਾ। ਅੱਛਾ ਇਸ਼ਾਰੇ ਨਾਲ ਹੀ ਦੱਸ ਦੇਣਾ। ਹਾਂ ਇਸ਼ਾਰੋ ਕੋ ਅਗਰ ਸਮਝੋ। ਇਹ ਕੈਸੀ ਬੁਝਾਰਤ ਹੋਈ? ਇਹ ਤਾਂ ਮੇਰੇ ਵਾਲੀ ਗੱਲ ਹੈ। ਤਾਂ ਮੈਂ ਆਪਣੀ ਆਪਣੀ ਗੱਲ ਕੀਤੀ ਹੈ, ਤੁਸੀਂ ਹੋਰ ਪਾਸੇ ਨਾ। ਚਲੋ ਪਹਿਲੇ ਹਮ ਕਵਿਤਾ ਜੀ ਸੇ ਪੁੱਛੇਂਗੇ। ਪੁੱਛੇ। ਹਵਾ ਖਾਵੇ ਤੇ ਜੁਗ ਜੁਗ ਜੀਵੇ, ਮਰ ਜਾਵੇ ਜੇ ਪਾਣੀ ਪੀਵੇ। ਦਿਓ ਜਵਾਬ। 1 ਮਿੰਟ। ਹਾਂ ਹਵਾ ਖਾਵੇ ਤੇ ਜੁਗ ਜੁਗ ਜੀਵੇ, ਮਰ ਜਾਵੇ ਜੇ ਪਾਣੀ ਪੀਵੇ। ਜੇ ਪਾਣੀ ਪੀਵੇ ਹੈ। ਹਾਂ 1 ਮਿੰਟ ਆਗੇ ਤੂੰ ਮੇਰੇ ਤਾਂ ਸਾਡੀ ਤਾਂ ਕਰਦੀਆਂ ਗੱਲਾਂ ਨੇ ਗਾਣੇ ਮਤ ਫਰਰਾ ਮੈਨੂੰ ਪੜਾਈ ਮੈਨੂੰ ਫਰਰਾ ਮੇਕਅਪ ਕਰੈਕਟ ਹੈ। ਕੁਕਿੰਗ ਤਾਂ ਪੋਸੀਬਲ ਹੀ ਨਹੀਂ ਆ। ਸਭ ਤੋਂ ਵੱਡਾ ਹਿੰਟ ਗੈਸ ਮਛਲੀ ਵੇਲੇ ਪਤਾ ਨੀ ਕਿੱਦਾਂ ਕਰਨਗੇ ਮਛਲੀ। ਮਛਲੀ ਕੁੜੀਆਂ ਵੈਸੇ ਤਾਂ ਸ਼ੋਪਿੰਗ ਬਹੁਤ ਕਰਦੀਆਂ ਨੇ ਜੀ। ਕੁੜੀਆਂ ਵੈਸੇ ਤਾਂ ਸ਼ੋਪਿੰਗ ਬਹੁਤ ਕਰਦੀਆਂ ਨੇ, ਪਰ ਇੱਕ ਅਜਿਹੀ ਚੀਜ਼ ਆ ਜੋ ਕੁੜੀਆਂ ਸਾਲ ਵਿੱਚ ਸਿਰਫ ਇੱਕ ਹੀ ਵਾਰ ਖਰੀਦਦੀਆਂ ਨੇ। ਇਹ ਸਵਾਲ ਸਿਰਫ ਬੀਨੂ ਜੀ ਦੀ ਆ। ਥੋੜੀ ਅਦਾਵਾ ਬੀਨੂ ਜੀ ਲਈ। ਅੱਛਾ ਇਹ ਕੀ ਖਰੀਦਦੀਆਂ ਨੇ ਕਰੀ? ਸਾਰੇ ਸਾਲ ਚ ਕਰੀ ਕੀ ਖਰੀਦਦੀਆਂ ਨੇ? ਕ੍ਰਿਸਮਸ ਟ੍ਰੀ ਨਹੀਂ, ਇਹ ਤਾਂ ਤਿਉਹਾਰ ਹੋਣਾ ਰੱਖੜੀ ਜਿਹਨੇ ਕਰੀ ਆਉਂਦੀ ਹੈ। ਰੱਖੜੀ ਹੈ ਨਾ? ਕਿਉਂ ਯੈਸ ਯੈਸ ਗਾਟ ਇਟ ਰੱਖੜੀ ਰੱਖੜੀ ਇੱਕ ਵਾਰ ਖਰੀਦੀ ਰਾਖੀ ਇੱਕ ਵਾਰ ਖਰੀਦੀ ਹੈ ਨਾ ਸਾਲ ਮੇਂ। ਯਾਰ ਵਾਓ ਵਾਓ ਉਹ ਦੇਖੋ ਓਏ ਹੋਏ ਕੀ ਬਾਤ ਹੈ। ਇਹ ਤੁਸੀਂ ਪਰਸੋਂ ਦੱਸਤਾ ਸੀ ਮੈਨੂੰ। ਦੇਖੋ ਤੁਸੀਂ ਦੋਨਾਂ ਨੇ ਬੁਝਾਤਾ ਬੁਝਾ ਇਸ ਖੁਸ਼ੀ ਦੇ ਵਿੱਚ ਸ਼ੌਂਕਨ ਵੱਲੋਂ ਗਿਫਟ ਤਾਂ ਬੰਦਾ ਹੀ ਹੈ। ਵਾਓ ਯੈਸ ਕੀ ਬਾਤ ਹੈ ਕੀ ਬਾਤ ਹੈ। 1 ਮਿੰਟ ਇਹ ਤੁਹਾਡੇ ਇਹ ਮਿਲ ਗਿਆ ਜੀ। ਥੈਂਕ ਯੂ ਜੀ। ਥੈਂਕ ਯੂ ਇਹ ਤੁਸੀਂ ਖਾ ਕੇ ਨਹੀਂ ਸੀ ਗਏ ਨਾ ਪਹਿਲਾਂ? ਇਸ ਵਾਰ ਖਾਣੇ ਆ। ਥੈਂਕ ਯੂ ਜੀ। ਮੈਂ ਇਧਰ ਹੀ ਦੇਣਾ ਤੁਸੀਂ ਰਹਿਣ ਦਿਓ। ਅੱਛਾ ਨਾਲ ਹੀ ਪੈਕ ਕਰਦਾ। ਇੰਨੀ ਆਗਿਆਕਾਰੀ ਕੁੜੀ ਮੈਂ ਨਹੀਂ ਦੇਖੀ। ਹੁਣ ਬੁਝਾਰਤਾ ਤਾਂ ਬੁੱਝ ਲਿਆ, ਗੁੜ ਵੀ ਖਾ ਲਿਆ ਆਪਾਂ, ਮੂੰਹ ਵੀ ਮਿੱਠਾ ਕਰ ਲਿਆ, ਹੁਣ ਆਪਾਂ ਗੇਮਸ ਖੇਡੀਏ ਫਿਰ। ਪਹਿਲਾਂ ਦੀ ਗੁੜ ਆਪਾਂ ਕਾਹਦੇ ਮੂੰਹ ਮਿੱਠਾ ਕਾਹਦੇ ਵਾਸਤੇ ਕੀਤਾ? ਕਿਉਂਕਿ ਵਧਾਈਆਂ ਜੀ, ਵਧਾਈਆਂ ਸਾਡੀ ਮੂਵੀ ਆ ਰਹੀ ਹੈ ਜੀ 13th of July। ਹਾਂਜੀ ਹਾਂਜੀ ਹਾਂਜੀ। ਗੇਮ ਖਿਲਾਓ ਸਾਨੂੰ ਔਰ ਗਿਫਟ ਚਾਹੀਦੇ। ਗੇਮ ਗੇਮ ਰੁਕੋ ਰੁਕੋ, ਆਪਾਂ ਵੈਸੇ ਤੈਨੂੰ 5 ਕਿਲੋ ਗੁੜ ਲੈ ਦੂੰ ਕਿਉਂ? ਦੇਖੋ ਜੀ ਇਹ ਤਾਂ ਬੀਨੂ ਜੀ ਨੂੰ ਪਤਾ ਹੀ ਹੈ ਕਿ ਇਹ ਹੈਗਾ ਜੀ ਸਾਡਾ ਪਿਟਾਰਾ। ਠੀਕ ਹੈ ਜੀ ਕਵਿਤਾ ਜੀ, ਸਾਡਾ ਪਿਟਾਰਾ। ਹਾਂਜੀ ਔਰ ਓਨੈਸਟਲੀ ਇਹਦੇ ਵਿੱਚ ਕਾਫੀ ਗੇਮਸ ਹੈਗੇ ਨੇ। ਓਨੈਸਟਲੀ ਆਪਾਂ ਅੱਖਾਂ ਦੋਨਾਂ ਨੇ ਬੰਦ ਕਰਕੇ ਰੱਖਣੀਆਂ ਨੇ, ਫਿਰ ਉਹਦੇ 'ਚ ਹੱਥ ਪਾਉਣਾ, ਜਿਹੜੀ ਵੀ ਚੀਜ਼ ਨਿਕਲੀ ਉਹਦੇ ਨਾਲ ਰਿਲੇਟ ਕੋਈ ਵੀ ਜਿਹੜੀ ਯਾਦਾਸ਼ਤ ਤੁਹਾਡੀ ਜੁੜੀ ਹੈ ਉਹਨੂੰ ਫਸਟ ਲੁੱਕ ਦੇਖ ਕੇ ਤੁਹਾਡੇ ਕੀ ਯਾਦ ਆਉਂਦਾ ਇੰਸਟੈਂਟਲੀ ਉਹ ਤੁਸੀਂ ਇਹਨਾਂ ਨੂੰ ਦੱਸਣਾ। ਇਹੀ ਹੈ ਨਾ ਜੀ? ਚਲੋ ਮਤਲਬ ਮੈਨੂੰ ਹੁਣ ਤੁਸੀਂ ਇੱਥੇ ਬੈਠ ਕੇ ਮੈਂ ਇੰਟਰਵਿਊ ਕਰਾ ਦਿੰਦਾ। ਰਾਈਟ ਜਿੱਦਾਂ ਇਹਨਾਂ ਨੇ ਕਿਹਾ ਸੀ ਉਦਾਂ ਹੀ ਕਰਨਾ ਹੈ। ਅੱਛਾ ਠੀਕ ਹੈ ਜੀ ਚਲੋ ਬੰਦ ਕਰੋ। ਅੱਛਾ ਬੰਦ ਕਰੋ। ਹਾਂਜੀ ਹੁਣ ਤੇ ਬੀਨੂ ਜੀ ਕੀ ਕੀ ਹੈ ਆ ਵੇਖੋ, ਦੇਖ ਲਓ ਦੇਖ ਲਓ ਇੱਧਰ। ਉਹਨੇ ਮੈਂ ਕੀ ਕਰਾਂ, ਉੱਤੇ ਹੱਥ ਸੀ ਉਹਨਾਂ ਨੂੰ ਫੜ ਹੋ ਗਿਆ। ਹੈਲੋ ਡੈਡੀ ਡੈਡੀ ਹੁਣ ਹੱਥ ਨੂੰ ਦੇਖ ਕੇ, ਹੁਣ ਮੈਂ ਹੱਥ ਨੂੰ ਦੇਖ ਕੇ ਇੰਸਟੈਂਟਲੀ ਕੀ ਯਾਦ ਆਉਂਦੇ ਨੇ ਚਪੇੜਾਂ। ਹੁਣ ਕਹੇ ਸ਼ੀ ਇਜ਼ ਹੈਪੀ ਨਾਓ। ਯੈਸ ਹੈਨਾ। ਚਲੋ ਹੁਣ ਇਹਨਾਂ ਦੀ ਵਾਰੀ ਆ। ਚਲੋ ਇਹ ਸੱਚੀ ਨਾਲ ਇਹੋ ਜਿਹਾ ਚੱਲਣ ਲੱਗ ਜਾਂਦਾ ਕੋਈ ਪਤਾ ਨਹੀਂ। ਉਹ ਯੂ ਨੈਵਰ ਨੋ, ਸਹੀ ਗੱਲ ਹੈ, ਕਈ ਵਾਰੀ ਖਾਲੀ ਬੰਦੂਕ ਵੀ ਚੱਲ ਜਾਂਦੀ ਹੁੰਦੀ ਹੈ। ਇਹਦੀ ਯਾਦ ਜ਼ਰੂਰ ਬਣਾਈ ਹੋਈ ਆ ਉਹਨਾਂ ਯੂ ਨੈਵਰ। ਸੱਚੀ ਗੱਲ ਹੈ ਕਿਆ? ਨਹੀਂ ਨਹੀਂ ਮੈਂ ਨਾਲ ਮੈਂ ਪੜ੍ਹ ਕੇ ਰੱਖ। ਮੈਂ ਨਹੀਂ, ਮੈਨੂੰ ਲੱਗਿਆ ਪਹਿਲੇ ਮੈਨੂੰ ਲੱਗਿਆ ਹੰਟਰ ਹੈ। ਮਜ਼ਾਕ ਨਾ ਕਰਿਓ, ਕਈ ਵਾਰੀ ਮੇਰੇ ਵਰਗਾ ਦਹਿਲ ਕੀ ਮਰ ਜਾਂਦਾ ਹੁੰਦਾ। ਸਹੀ ਗੱਲ ਆ, ਤੁਹਾਡੇ ਗਲ ਪੈ ਜੇ
ਇਹਨੂੰ ਦੇਖ ਕੇ ਕੀ ਯਾਦ ਆਉਂਦਾ? ਸਾਥੀ ਯਾਦ ਆਉਂਦਾ, ਇਹਨੂੰ ਦੇਖ ਕੇ ਯਾਦ ਆਉਂਦਾ, ਰੱਬ ਯਾਦ ਆਉਂਦਾ। ਹਾਂਜੀ ਹਾਂਜੀ ਬਿਲਕੁਲ, ਥੈਂਕਸ। ਹਾਂ ਥੈਂਕਸ, ਗਰਮੀ ਲਿਆਤੀ ਗਰਮੀ, ਮੈਨੂੰ ਲੱਗ ਰਿਹਾ ਕ੍ਰੋਕੋਡਾਈਲ ਨਿਕਲੇਗਾ। ਕਿਆ ਬਾਤ ਹੈ, ਕਿਆ ਬਾਤ ਹੈ, ਖੜ ਜਾ ਪਹਿਲਾਂ ਤਾਂ। ਇਹ ਤਾਂ ਬਈ ਸੋ ਬਿਊਟੀਫੁਲ, ਨੰਦ ਆ ਗਿਆ ਸੀਰੀਅਸਲੀ, ਬਹੁਤ ਵਧੀਆ ਜੀ, ਬਹੁਤ ਵਧੀਆ। ਪੱਖੇ ਇਹ ਰਿਵਾਜ਼ ਚਲਾ ਗਿਆ ਜੀ ਹੁਣ, ਪਹਿਲਾਂ ਦਾਦੀ ਹੋਣਾ ਵੇਲੇ, ਨਾਨੀ ਹੋਣਾ ਵੇਲੇ ਤਾਂ ਇਹੀ ਰਿਵਾਜ਼ ਸੀਗਾ। ਔਰ ਸਭ ਤੋਂ ਵੱਡੀ ਗੱਲ ਜੀ, ਜਿਹੜੀ ਅੱਜ ਕੱਲ੍ਹ ਦੀ ਜਨਰੇਸ਼ਨ ਹੈ, ਉਹਨਾਂ ਤਾਂ ਇਹੀ ਲੱਗਦਾ ਵੀ ਏ ਸੀ ਸ਼ੁਰੂ ਤੋਂ ਹੀ ਲੱਗੇ ਆਏ ਨੇ। ਸੋ ਅਸੀਂ ਇੱਕ ਵਕਤ ਸੀਗਾ ਜਦੋਂ ਫਰਾਟਾ ਪੱਖਾ ਆਇਆ ਸੀ, ਤਾਂ ਕੋਠਿਆਂ 'ਤੇ ਸੌਂਦੇ ਹੁੰਦੇ ਛੱਤਾਂ ਦੇ ਉੱਤੇ, ਤਾਂ ਪਹਿਲੇ ਬੈੱਡ ਦੇ ਉੱਤੇ ਜਿਹੜਾ ਪਹਿਲਾ ਮੰਜਾ ਹੁੰਦਾ ਸੀ ਉਹਦੇ 'ਤੇ ਬੱਚੇ, ਫਿਰ ਉਦੋਂ ਬਜ਼ੁਰਗ, ਫਿਰ ਉਦੋਂ ਬਜ਼ੁਰਗ, ਜਾਂ ਇੱਦਾਂ ਹੈ ਨਾ, ਤੁਹਾਨੂੰ ਪਾਉਂਦੇ ਸੀ। ਤਾਂ ਪਹਿਲੇ ਤਾਂ ਸਿੰਪਲ ਫਰੱਟ ਦੇ ਲੈਵਲ 'ਤੇ, ਫਿਰ ਇੱਕ ਇੱਕ ਇੱਟ ਰੱਖ ਕੇ, ਫਿਰ ਦੋ ਇੱਟਾਂ ਰੱਖ ਕੇ, ਫਿਰ ਤਿੰਨ ਇੱਟਾਂ ਰੱਖ ਕੇ, ਇੱਦਾਂ ਮੰਜੇ ਲਾਏ ਹੁੰਦੇ ਸੀ। ਉਹ ਸਵਾਦ ਤਾਂ ਮੇਰੇ ਖਿਆਲ ਹੁਣ ਹੁਣ ਵਾਲੀ ਜਨਰੇਸ਼ਨ ਨੂੰ ਪਤਾ ਹੀ ਨਹੀਂ ਹੋਣਾ ਵੀ ਇੱਦਾਂ ਵੀ ਆਨੰਦ ਲੈਂਦੇ ਰਹੇ ਆ ਲੋਕ। ਚਲੋ ਬੰਦ ਕਰਨੀ, ਹਾਂਜੀ ਚਲੋ ਜੀ। ਅੱਛਾ ਹਾਂ, ਮੇਰੀ ਵਾਰੀ, ਫਿਰ ਮੇਰੇ ਕੋਈ ਚਿਪਕਲੀ ਵਿਪਕਲੀ ਨਾ ਦੇ ਦੇਣਾ। ਬੜੇ ਕਾਮ ਦੀ ਚੀਜ਼ ਹੈ। ਥੈਂਕ ਯੂ ਸੋ ਮਚ, ਕੁਛ ਨੀ ਛੱਡਣਾ, ਥੋੜਾ ਇੱਥੋਂ ਲੈ ਕੇ ਜਾਣਾ। ਬਿਊਟੀਫੁਲ ਪੀਸ, ਔਰ ਦੋ ਇਸਕੇ ਫਾਇਦੇ ਹੈ। ਇੱਕ ਤੋਂ ਇਸਸੇ ਆਪਕੋ ਖਾਨੇ ਕੋ ਚੀਜ਼ ਮਿਲਤੀ ਹੈ, ਖਿਲਾਨੇ ਕੋ ਚੀਜ਼ ਮਿਲਤੀ ਹੈ। ਨਹੀਂ ਨਹੀਂ, ਅਬ ਦੇਖੀ ਖਰਬੂਜੇ ਕੋ ਦੇਖ ਕੇ ਖਰਬੂਜਾ ਰੰਗ ਬਦਲਤਾ ਹੈ। ਕਿਆ ਬਾਤ ਹੈ, ਵੈਸੇ ਅੱਜ ਕੱਲ ਮੈਂ ਨਾਰੀਅਲ ਹਾਂ। ਤੁਸੀਂ ਇੰਨੀ ਸੋਹਣੀ ਸਾਡੀ ਪਟਿਆਲਾ ਵਾਲੀ ਗੇਮ ਖੇਡੀ, ਇਸ ਖੁਸ਼ੀ ਦੇ ਵਿੱਚ ਸ਼ੌਂਕਰ ਨੂੰ ਤੁਹਾਨੂੰ ਇੱਕ ਹੋਰ ਥੈਂਕ ਯੂ ਸੋ ਮਚ। ਥੈਂਕ ਯੂ ਸ਼ੌਂਕਰ ਜੀ, ਉਹ ਦੇਖ ਰਹੇ ਮੈਨੂੰ ਤਾਂ ਮੇਰੇ ਮੈਚਿੰਗ ਨਾਲ। ਹਾਂ ਨਹੀਂ ਕੋਈ ਨਾ ਕੋਈ ਨਾ, ਤੁਸੀਂ ਇਹਨਾਂ ਦਾ ਥੈਂਕ ਯੂ ਜੀ। ਥੈਂਕ ਯੂ ਸ਼ੌਂਕਰ ਜੀ, ਥੈਂਕ ਯੂ ਸੋ ਮਚ, ਇਹ ਬਹਾਨੇ ਸੀਗਾ। ਨਹੀਂ ਬਹੁਤ, ਨਹੀਂ ਨਹੀਂ ਬਹੁਤ ਵਧੀਆ, ਦੇਖੋ ਗੁੜ। ਨਹੀਂ ਨਹੀਂ ਨਹੀਂ, ਮੈਚ ਕਰਦਾ ਤੁਹਾਨੂੰ, ਡੈਡੀ ਨੂੰ ਫੋਨ ਕਰਾਂ। ਨਹੀਂ ਠੀਕ ਹੈ, ਠੀਕ ਹੈ। ਹੁਣ ਆਪਾਂ ਅਗਲੀ ਗੇਮ ਖੇਡੀਏ। ਹਾਂਜੀ ਚਲੋ ਚਲੋ ਜੀ, ਪਿਟਾਰਾ ਵਾਲੀ ਗੇਮ ਤੁਸੀਂ ਖੇਡ ਲਈ ਸੀ ਨਾ, ਹੁਣ ਸਾਡੀ ਅਗਲੀ ਗੇਮ ਹੈਗੀ ਹੈ ਇੱਥੇ ਰੱਖ। ਇੱਥੇ ਰੱਖ, ਯਾਦ ਹੈਗਾ ਫਿਰ ਇੱਥੇ ਰੱਖ, ਹੁਣ ਮੈਂ ਕੀ ਕਹਾ ਇੱਥੇ ਰੱਖ। ਨਹੀਂ ਨਹੀਂ, ਇਹ ਤੁਸੀਂ ਦੋਨਾਂ ਨੇ, ਹਾਂਜੀ ਗੇਮ ਬਣਾਓ, ਇਹ ਤੁਸੀਂ ਦੋਨਾਂ ਨੇ ਇੱਥੇ ਰੱਖਣੇ ਆ। ਓਕੇ ਠੀਕ ਹੈ ਜੀ, ਇਹ ਸਾਡੀ ਗੇਮ ਹੈਗੀ ਜੀ ਇੱਥੇ ਰੱਖ। ਇਹਦੇ 'ਚ ਯੈਲੋ ਗਲਾਸ ਆ, ਤੁਸੀਂ ਦੋਨੋਂ ਖੇਡੋਗੇ ਇਹ। ਓਕੇ, ਇਹਨੂੰ ਨਾ ਤੁਸੀਂ ਇੱਦਾਂ ਇੱਦਾਂ ਕਰਕੇ ਇੱਕ ਇੱਕ ਗਲਾਸ ਸਮਝ ਗਿਆ ਮੈਂ, ਉੱਪਰ ਲੈ ਫਿਰ ਥੱਲੇ ਲੈ ਕੇ ਆਉਣਾ, ਫਿਰ ਉੱਪਰ ਲੈ ਕੇ ਆਉਣਾ, ਕਿਹੜਾ ਫਾਸਟ ਲੈ ਕੇ ਆਉਗਾ? ਆਏ ਹਾਏ, ਇਦਾਂ 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 ਕਰਕੇ ਕਰਨਾ ਆਪਾਂ, ਔਰ ਕਿਹੜਾ ਫਾਸਟ ਉਹਨੂੰ ਕਰਦਾ ਉਹ ਆਪਾਂ, ਤੁਹਾਡੇ ਦੋਨਾਂ 'ਚ ਜਿਹੜਾ ਸਭ ਤੋਂ ਪਹਿਲਾਂ ਕਰ ਗਿਆ ਉਹ ਜਿੱਤ ਗਿਆ। ਰੈਡੀ? ਇਹ 100% ਪਤਾ ਕੀ ਚੱਕਰ ਹੈ, ਇਸ ਤੇ ਮੈਂ ਹਾਰਨਾ। ਕਿਉਂ? ਕਵਿਤਾ ਕੌਸ਼ਿਕ ਹੈ ਯਾਰ, ਜੇ ਘਰ ਦੇ ਖੁਸ਼ ਤਾਂ ਹੀ ਖੁਸ਼ ਹੋਵਾਂਗੇ ਆਪਾਂ, ਹਨਾ। ਸ਼ੀ ਇਜ਼ ਮਾਈ ਫੈਮਿਲੀ। ਵਾਓ ਵਾਓ ਵਾਓ, ਇਹ ਬੰਦੇ ਨੇ ਪਹਿਲੇ ਹੀ ਜੋ ਹੈ ਨਾ ਹਾਰ ਮੰਨ ਲਈ। ਚਲੋ 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 ਚਲੋ, 1 2 3 ਉਹ ਦੋ ਦੋ ਨਹੀਂ ਕਰਨੇ, ਪਰ ਇੱਕ ਹੀ ਕਰਨਾ। ਇਹ ਵੀ ਰੱਖਿਓ ਤੁਸੀਂ, ਕੋਈ ਨਾ ਮੈਂ ਹਾਰ ਫੇਰ ਵੀ ਜਾਊਂਗਾ ਆਰਾਮ ਨਾਲ। ਇੱਕ ਹੀ ਕਰਨਾ, ਪਰ ਦੋ ਨਹੀਂ ਕਰਨੇ। ਆ ਦੇਖੋ ਇੱਧਰ, ਇੱਕ ਹੀ ਕਰਨਾ, ਕਰੀ ਜਾ ਰਿਹਾ। ਆ ਦੇਖੋ, ਓਏ ਹੋਏ 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 ਹੋਏ, ਇਹ ਤਾਂ ਮੈਂ ਅਸੀਂ ਟਮਾਟਰ ਬਹੁਤ ਤੋੜੇ ਆ। ਉਹ ਜਿੱਤ ਜਾਣਾ ਉਹਨਾਂ ਨੇ, ਤੁਸੀਂ ਹੌਲੀ ਹੌਲੀ। ਜਿੱਤ ਜਾਣਾ ਮੈਨੂੰ, ਓਏ ਉਹ ਉਹਨਾਂ ਨੂੰ ਦੇਖੋ। ਆ ਦੇਖੋ ਲਾ ਬਸ, ਲੇਡੀਜ਼ ਐਂਡ ਜੈਂਟਲਮੈਨ, ਹੈਲੋ ਐਂਡ ਦੀ ਅਵਾਰਡ ਗਰਲ, ਹੈਲੋ। ਉੱਪਰ ਲੈ ਕੇ ਆਉਣਾ ਸੀ, ਉੱਪਰ ਲੈ ਕੇ ਆਉਣਾ ਸੀ, ਉੱਪਰ ਲੈ ਕੇ ਆਉਣਾ ਸੀ। ਮੈਂ ਧੰਨਵਾਦ ਦੇਣਾ ਚਾਹੁੰਦੀ ਹਾਂ। ਥੈਂਕ ਯੂ ਜੀ, ਮੈਂ ਬੜੀ ਖੁਸ਼ ਹਾਂ ਤੇ ਮੈਨੂੰ ਅਵਾਰਡ ਮਿਲਿਆ ਸੀ, ਮੈਂ ਜਿੱਤ ਗਈ ਹਾਂ। ਪਰ ਨਾਲ ਨਹੀਂ ਲੈ ਕੇ ਜਾਣ ਦੇਣਾ, ਪਰ ਨਾਲ ਨਹੀਂ ਲੈ ਕੇ ਜਾਣ ਦੇਣਾ। ਮੈਨੂੰ ਹੈਸ ਫੇਲਡ ਐਂਡ ਹੀ ਹੈਸ ਲੋਸਟ, ਪਰ ਨਾਲ ਨਹੀਂ ਲੈ ਕੇ ਜਾਣ ਦੇਣਾ, ਜਿਹੜਾ ਕੁਝ ਮਰਜ਼ੀ ਹੋ ਜੇ, ਪਰ ਫਿਰ ਵੀ ਇਹਨਾਂ ਨੂੰ ਜਿਤਾ ਦੋ, ਕੋਈ ਇਸ਼ੂ ਨਹੀਂ। ਪਰ ਤੁਸੀਂ ਕਿਹਾ ਸੀ ਯੈਲੋ ਉੱਪਰ ਲੈ ਕੇ, ਹਾਂ ਯੈਲੋ ਉੱਪਰ ਲੈ ਕੇ। ਅਰੇ ਨਹੀਂ, ਲੈ ਜਾਤੇ ਨਾਲ ਤੂੰ ਸ਼ਾਦੀ ਮੇ ਨਾ, ਸ਼ਰਬਤ ਬਣਾ ਕੇ ਇਸ ਨੂੰ। ਵੀ ਗੁੱਡ ਗੁੱਡ ਗੁੱਡ, ਹੁਣ ਆਪਾਂ ਹੈਸ਼ਟੈਗ ਦੇਖ ਲੈਣੀ ਆ। ਓਕੇ ਲਓ ਜੀ,
ਹਾਂ ਨਹੀਂ ਐਦਾਂ ਨਹੀਂ ਲੋ ਜੀ ਨਹੀਂ ਤੁਸੀਂ ਹਾਂ ਉਹਦੇ ਵਿੱਚ ਨਾ ਤੁਸੀਂ ਦੋਨੋਂ ਬਣਾ ਹੈਸ਼ਟੈਗ ਬਣਾਓ ਹਾਂ ਜੀ ਅੱਧਾ ਹੈਸ਼ਟੈਗ ਬਿਲੂਟੀ ਲੋ ਜੀ ਦਾ ਅੱਧਾ ਹੈਸ਼ਟੈਗ ਕਵਿਤਾ ਕੌਸ਼ਿਕ ਜੀ ਦਾ ਤੇ ਅੱਧਾ ਹੈਸ਼ਟੈਗ ਚੌਂਕਾ ਨਹੀਂ ਨਹੀਂ ਪਤਾ ਕੀ ਚੱਕਰ ਹੈ ਉਹ ਹਾਂ ਬਹਿਨੂ ਭੁੱਲੋ ਨਹੀਂ ਹਲੋ ਸਵਾਗਤ ਹੈ ਤੁਹਾਡਾ ਵੀ ਸਵਾਗਤ ਹੈ ਮੈਨੂੰ ਕੁਛ ਦਿਸਦਾ ਨੀ ਪਿਆ ਰੱਬ ਕਰੇ ਤੈਨੂੰ ਦਿਸੇ ਬਿਨਾ ਕੋਈ ਚੱਕਰ ਨੀ ਤੁਹਾਨੂੰ ਮੈਂ ਗਾਈਡ ਕਰੂੰਗਾ ਜ਼ਿੰਦਗੀ ਤੁਹਾਡਾ ਅੰਨਾ ਪਲਟੀ ਮਾਰ ਕੇ ਸਿੱਟਦੀ ਮੈਨੂੰ ਕਿਆ ਬਾਤ ਹੈ ਯਾਰ ਕਿਆ ਬਾਤ ਹੈ ਯਾਰ ਬਹੁਤ ਸ਼ਰਮਾ ਗਈ ਚਲੋ ਜੀ ਹਾਂਜੀ ਮਤਲਬ ਇਹ ਫਿਲਮ ਦੇ ਵਿੱਚ ਤੁਸੀਂ ਇੱਕਦਮ ਅੰਨੇ ਕਿੱਦਾਂ ਹੋ ਗਿਆ ਇਹ ਜਿੱਦਾਂ ਤੁਸੀਂ ਤੁਸੀਂ ਸੁਪਨੇ 'ਚ ਇੱਕ ਸੈਕਿੰਡ 'ਚ ਹੋ ਗਏ ਸੀ ਉਹਦੇ ਮੈਂ ਤੁਹਾਡੇ ਕਰਕੇ ਨੂੰ ਤੁਸੀਂ ਦੇਖਿਆ ਇੱਦਾਂ ਸੀਗਾ ਮੇਰੇ ਵਾਲ ਕਹਿੰਦੇ ਹੋਗੇ ਹਾਂ ਆਏ ਹਾਏ ਰੱਬਾ ਨਹੀਂ ਮਤਲਬ ਤੁਹਾਡਾ ਵਿਆਹ ਤਾਂ 13 ਨੂੰ ਹੈਗਾ ਯਾਰ 13 ਤਰੀਕ ਨੂੰ ਸਾਡੀ ਮੈਰਿਜ ਹੈ ਜੀ ਅੱਛਾ 13 ਤਰੀਕ ਨੂੰ ਮੈਂ ਫਿਲਮ ਮਤਲਬ ਫਿਲਮ ਦੇ ਵਿੱਚ ਕੀ ਤੁਸੀਂ ਕੀ ਹਸਾਨ ਤੋਂ ਮਤਲਬ ਕੀ ਕਰ ਕੀ ਰਹੇ ਹੋ ਤੁਸੀਂ ਇਹ ਦੇਖੋ ਇਹ ਫੁੱਲ ਔਨ ਐਂਟਰਟੇਨਮੈਂਟ ਦਾ ਮਾਧਿਅਮ ਹੈਗਾ ਜੀ ਅਸੀਂ ਪੂਰਾ ਹਸਾਵਾਂਗੇ ਜੇ ਤੁਸੀਂ ਕੈਰੀ ਔਨ ਜੱਟਾ 'ਚ ਲਿਟ ਲਿਟ ਕੇ ਹੱਸੋ ਇਹਦੇ ਛਾਲਾ ਮਾਰ ਮਾਰ ਕੇ ਹੱਸੋ ਅੱਛਾ ਜੀ ਇੰਨਾ ਹਸਾਉਣਾ ਸੀ ਜੀ 13 ਕੁਛ ਸਾਡਾ ਵਿਆਹ ਹੈ 16 ਕੋ ਤੁਹਾਡਾ ਕਰਾ ਦਿੱਤੇ ਹੈ ਨਾ ਰਮੇਸ਼ ਨੂੰ ਬੁਲਾ ਕੇ ਰਮੇਸ਼ ਨੂੰ ਬੁਲਾ ਕੇ ਕਰਾਵਾਂਗੇ ਗੁੱਡ ਵੈਲ ਵੈਰੀ ਗੁੱਡ ਵੈਰੀ ਗੁੱਡ ਜੀ ਨਹੀਂ ਨਹੀਂ ਬਟ ਇਨ ਆਲ ਸੀਰੀਅਸਨੈਸ ਸੀਰੀਅਸ ਤਾਂ ਬਿਲਕੁਲ ਨਹੀਂ ਹੈ ਫਿਲਮ ਪੂਰੀ ਕਾਮੇਡੀ ਹੈ ਔਰ ਸਭ ਕੋ ਦੇਖਣੀ ਚਾਹੀਏ ਕਿਉਂਕਿ ਫੁੱਲ ਮਸਾਲਾ ਹੈ ਬੜੀ ਮਜ਼ੇਦਾਰ ਕਹਾਣੀ ਹੈ ਸਿਚੁਏਸ਼ਨਸ ਇੱਕ ਕੇ ਬਾਅਦ ਇੱਕ ਐਸੇ ਆਤੇ ਹੈ ਕਿ ਆਪ ਹੰਸਤੇ ਹੰਸਤੇ ਲੋਟ ਪੋਟ ਹੋ ਜਾਓਗੇ ਔਰ ਹੰਸੀ ਸੇ ਜਬ ਆਪਕੋ ਬ੍ਰੇਕ ਚਾਹੀਏ ਤੋ ਆਪ ਨਾਚੋਗੇ ਕਿਉਂਕਿ ਗਾਣੇ ਕਮਾਲ ਕਮਾਲ ਹੈ ਬਿਲਕੁਲ ਬਧਾਈਆਂ ਜੀ ਬਧਾਈਆਂ ਹਾਂਜੀ ਸੋ ਪਲੀਜ਼ ਕਮ ਟੂ ਦ ਥੀਏਟਰਸ ਔਨ ਬਸ ਇੰਨੀ ਬਹੁਤ ਵਧਾਈਆਂ ਜੀ ਵਧਾਈਆਂ ਭਈ ਇਹ ਭਾਈ ਬਹਿਨ ਆਪਸ ਵਿੱਚ ਲੱਗੇ ਰਹੇ ਕਿਉਂਕਿ ਇਸ ਤੋਂ ਅੱਗੇ ਅਸੀਂ ਜਾਣ ਵੀ ਨਹੀਂ ਦੇਣਾ ਉਹ ਕਹਿੰਦੇ ਨਹੀਂ ਉਹ ਕਹਿੰਦੇ ਵਧਾਈਆਂ ਜੀ ਵਧਾਈਆਂ ਇਸ ਤੋਂ ਅੱਗੇ ਕੀ ਹੈ ਮੈਂ ਕਿਹਾ ਵਧਾਈਆਂ ਜੀ ਵਧਾਈਆਂ ਉਸ ਤੋਂ ਅੱਗੇ ਵੀ ਬਿਲਕੁਲ 13 ਤਾਰੀਖ ਕੋ 13 ਜੁਲਾਈ ਸਿਰਫ ਥੀਏਟਰਸ ਮੇ ਦੇਖੀਏ ਪਾਇਰੇਟਡ ਨਹੀਂ ਪਲੀਜ਼ ਸਿਨੇਮਾ ਘਰਾਂ ਵਿੱਚ ਜਾ ਕੇ ਮੂਵੀ ਜ਼ਰੂਰ ਦੇਖ ਲਵ ਯੂ ਪੂਰੇ ਪਟਾਰਾ ਟੀਵੀ ਵੱਲੋਂ ਤੇ ਸ਼ੌਂਕਨ ਵੱਲੋਂ ਤੁਹਾਨੂੰ ਗੁੱਡ ਵਿਸ਼ੇਸ ਤੁਹਾਡੀ ਫਿਲਮ ਦੇ ਲਈ ਤੁਹਾਡੀ ਫਿਲਮ ਬਹੁਤ ਜ਼ਿਆਦਾ ਤਰੱਕੀ ਕਰੇ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਸੋ ਸਾਰੇ ਜਣਿਆਂ ਨੇ ਫਿਰ 13 ਜੁਲਾਈ ਨੂੰ ਜਾਣਾ ਜੀ ਵਧਾਈਆਂ ਜੀ ਵਧਾਈਆਂ ਦੇਖਣ ਲਈ 13 ਜੁਲਾਈ ਨੂੰ ਕਿਹੜੀ ਮੂਵੀ ਦੇਖ ਕੇ ਆਉਣੀ ਹੈ ਜੀ ਵਧਾਈਆਂ ਜੀ ਵਧਾਈਆਂ ਜੀ ਵਧਾਈਆਂ ਅੱਜ ਤੁਸੀਂ ਬੋਲੋ ਹਾਂ ਨਾ ਫਿਰ ਜੇਕਰ ਤੁਸੀਂ ਵੀ ਆਪਣੇ ਕੈਨ ਕੈਨ ਸਲੈਬਸ ਨੂੰ ਮਿਲਣਾ ਚਾਹੁੰਦੇ ਹੋ ਤੁਹਾਨੂੰ ਆਉਣਾ ਪੈਣਾ ਫਿਰ ਸ਼ੌਂਕਨ ਦੇ ਸੁਪਨੇ ਵਿੱਚ ਤੁਸੀਂ ਵੀ ਕਹਿ ਦੋ ਨਾ ਬਿਲਕੁਲ ਜੀ ਤੁਸੀਂ ਵੀ ਜੇ ਫੇਵਰੇਟ ਸਟਾਰਸ ਨੂੰ ਫੇਵਰੇਟ ਕਲਾਕਾਰਾਂ ਨੂੰ ਫੇਵਰੇਟ ਅਦਾਕਾਰਾਂ ਨੂੰ ਮਿਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਵੀ ਆਉਣਾ ਪੈਣਾ ਸ਼ੌਂਕਣ ਦੇ ਸੁਪਨੇ ਦੇ ਵਿੱਚ ਹਾਂਜੀ ਵਧਾਈਆਂ ਜੀ ਵਧਾਈਆਂ 13 ਜੁਲਾਈ ਨੂੰ ਫਿਰ ਹੈਸ਼ਟੈਗ ਸ਼ੌਂਕਣ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ